ਹੈਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਬਹੁਤ ਸਿੰਪਲ ਤੇ ਬਹੁਤ ਜਲਦੀ ਬਣਨ ਵਾਲੇ 스ਨੈਕਸ ਦੀ ਰੈਸਪੀ ਲੈ ਕੇ ਆਈ ਹਾਂ ਜਿਹੜੇ ਇਹ 스ਨੈਕਸ ਨੇ ਬੱਚੇ ਇਹਨਾਂ ਨੂੰ ਬਹੁਤ ਖੁਸ਼ ਹੋ ਕੇ ਖਾਂਦੇ ਨੇ ਤੇ ਬਹੁਤ ਜ਼ਿਆਦਾ ਸਵਾਦ ਬੰਦੇ ਨੇ ਤੇ ਆਓ ਅਸੀਂ ਬਣਾਈਏ ਸਬਤੇ ਵਾਲਾ ਅਸੀਂ 7-8 ਆਲੂ ਲੈ ਆ ਲਵਾਂਗੇ ਤੇ ਆਲੂਆਂ ਨੂੰ ਅਸੀਂ ਮੈਸ਼ ਕਰਕੇ ਰੱਖ ਲਵਾਂਗੇ ਜਾਂ ਅਸੀਂ ਇਹਨਾਂ ਨੂੰ ਮੈਸ਼ਰ ਦੇ ਨਾਲ ਮੈਸ਼ ਕਰਾਂਗੇ ਜਾਂ ਅਸੀਂ ਕद्दूकस ਦੇ ਨਾਲ ਕद्दूकस ਕਰ ਲਵਾਂਗੇ ਆਲੂ ਅਸੀਂ ਠੰਡੇ ਹੋਣ ਲਈ ਰੱਖ ਦਵਾਂਗੇ ਅਸੀਂ ਜਿਹੜੇ ਆਲੂ ਹੈ ਗਰਮ-ਗਰਮ ਨਹੀਂ ਵਰਤਣੇ ਜਦੋਂ ਠੰਡੇ ਹੋ ਜਾਣਗੇ ਫਿਰ ਅਸੀਂ ਇਹਦੇ ਵਿੱਚ ਆਪਣੇ ਸੁੱਕੇ ਮਸਾਲੇ ਪਾਵਾਂਗੇ ਆਪਣੇ ਸਵਾਦ ਦੇ ਅਨੁਸਾਰ ਅਸੀਂ ਇਹਦੇ ਵਿੱਚ ਨਮਕ ਪਾ ਦਵਾਂਗੇ ਅੱਧਾ ਚਮਚ ਅਸੀਂ ਗਰਮ ਮਸਾਲੇ ਦਾ ਪਾ ਦਵਾਂਗੇ ਤੇ ਅੱਧੇ ਚਮਚ ਤੋਂ ਥੋੜੀ ਜਿਹੀ ਘਾਟ ਅਸੀਂ ਲਾਲ ਮਿਰਚ ਪਾਵਾਂਗੇ ਕਿਉਂਕਿ ਅਸੀਂ ਇਹਦੇ ਵਿੱਚ ਮਿਰਚ ਘਟ ਪਾਵਾਂਗੇ ਕਿਉਂਕਿ ਇਹ ਵਾਲੇ ਜਿਹੜੇ 스ਨ ਕਾਟ ਹੀ ਪਸੰਦ ਕਰਦੇ ਨੇ ਜੇ ਮਿਰਚ ਕੱਟ ਹੋਏਗੀ ਤੇ ਬੱਚੇ ਖੁਸ਼ ਹੋ ਕੇ ਖਾ ਲੈਣਗੇ ਜਿਹੜੇ ਇਹ ਆਲੂ ਵਾਲੇ ਸਨੈਕਸ ਨੇ ਤੇ ਹੁਣ ਮੈਂ ਇਹਦੇ ਵਿੱਚ ਪਾ ਦਵਾਂਗੀ ਦੋ ਚਮਚ ਭਰ ਕੇ ਕਾਰਨਫਲੋਰ ਦੇ ਤੁਸੀਂ ਇਹਦੇ ਵਿੱਚ ਕਾਰਨਫਲੋਰ ਵੀ ਪਾ ਸਕਦੇ ਹੋ ਤੇ ਅਰਾ ਰੋਡ ਵੀ ਪਾ ਸਕਦੇ ਹੋ ਜੇ ਤੁਹਾਡੇ ਕੋਲ ਕਾਰਨਫਲੋਰ ਜਾਂ ਅਰਾ ਰੋਡ ਦੋਨਾਂ ਵਿੱਚੋਂ ਕੁਝ ਵੀ ਨਾ ਹੋਵੇ ਤਾਂ ਤੁਸੀਂ ਇਹਦੇ ਵਿੱਚ ਛੋਲੇ ਦਾ ਆਟਾ ਦੋ ਚਮਚ ਭਰ ਕੇ ਪਾ ਦਿਵੋ ਇਹ ਸਾਰਾ ਕੁਝ ਪਾਣ ਤੋਂ ਬਾਅਦ ਅਸੀਂ ਆਲੂਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਆਟੇ ਦੇ ਵਾਂਗ ਗੁੰਨ ਕੇ ਤਿਆਰ ਕਰ ਲਵਾਂਗੇ ਟਿੱਕਿਆ ਵਾਲਾ ਮਟੀਰੀਅਲ ਵੀ ਅਸੀਂ ਇਸੇ ਤਰ੍ਹਾਂ ਹੀ ਗੁੰਨ ਕੇ ਤਿਆਰ ਕਰਦੇ ਹਾਂ ਆਲੂਆ ਵਿੱਚ ਆਪਾਂ ਇਹੀ ਸਮਾਨ ਪਾਉਂਦੇ ਹਾਂ ਹਾਂ ਜੇ ਥੋੜੀ ਮਿਰਚ ਘਟਵਾਦ ਪਾਣੀ ਉਹ ਤੁਸੀਂ ਪਾ ਸਕਦੇ ਹੋ ਆਲੂ ਜਿਹੜੇ ਹੈਗੇ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਰੱਖ ਲਏ ਨੇ ਤੇ ਹੁਣ ਅਸੀਂ ਜਿਹੜਾ ਨਾ ਪਹਿਲਾਂ ਹੱਥਾਂ ਨੂੰ ਤੇਲ ਲਗਾਵਾਂਗੇ ਕਿਉਂਕਿ ਹੱਥਾਂ ਨਾਲ ਥੋੜੇ ਥੋੜੇ ਚਿਪਕਦੇ ਨੇ ਇਸ ਕਰਕੇ ਹੱਥਾਂ ਨੂੰ ਤੇਲ ਲਗਾ ਕੇ ਹੀ ਅਸੀਂ ਜਿਹੜੇ ਇਹਦੀਆਂ ਸਨੈਕਸ ਬਣਾਣੀ ਸ਼ੁਰੂ ਕਰਾਂਗੇ ਹੱਥਾਂ ਨੂੰ ਤੇਲ ਲਗਾਉਣ ਤੋਂ ਬਾਅਦ ਅਸੀਂ ਹੁਣ ਥੋੜਾ ਥੋੜਾ ਮਟੀਰੀਅਲ ਲਵਾਂਗੇ ਜਿੰਨਾ ਕ ਅਸੀਂ ਪੂਰੀ ਦਾ ਮਟੀਰੀਅਲ ਲੈਂਦੇ ਨਾ ਫੁਲਕੇ ਤੋਂ ਅਸੀਂ ਥੋੜਾ ਘੱਟ ਉਹਨਾਂ ਕ ਅਸੀਂ ਪੇੜਾ ਲੈ ਲਵਾਂਗੇ ਤੇ ਆਲੂਆ ਦੇ ਪਹਿਲਾਂ ਅਸੀਂ ਇਹਨਾਂ ਦੇ ਗੋਲ ਗੋਲ ਜਿਹੜੇ ਪੇੜੇ ਬਣਾ ਕੇ ਰੱਖ ਲਵਾਂਗੇ ਇਸ ਤਰ੍ਹਾਂ ਗੋਲ ਗੋਲ ਪੇੜੇ ਬਣਾ ਕੇ ਅਸੀਂ ਇਹਨਾਂ ਨੂੰ ਇਹਦੇ ਹੱਥ ਦੇ ਨਾਲ ਥੋੜਾ ਥੋੜਾ ਫਲੈਟ ਕਰੀ ਜਾਵਾਂਗੇ ਟਿੱਕੀ ਵਾਂਗ ਮੀਨਸ ਕਿ ਆਪਾਂ ਜਿੱਦਾਂ ਨਿੱਕੀ ਟਿੱਕੀ ਬਣਾਣੀ ਹੈ ਜਿੱਦਾਂ ਅਸੀਂ ਟਿੱਕੀ ਵੱਡੀ ਬਣਾਉਂਦੇ ਆ ਥੋੜਾ ਸਾਈਜ਼ ਆਪਾਂ ਛੋਟਾ ਰੱਖਣਾ ਹੈ ਇਦਾਂ ਆਪਾਂ ਛੋਟੇ-ਛੋਟੇ ਟਿੱਕੀਆ ਪਹਿਲਾਂ ਬਣਾ ਕੇ ਤਿਆਰ ਕਰ ਲਵਾਂਗੇ। ਹੁਣ ਅਸੀਂ ਜਿਹੜੇ ਪਕੌੜੇ ਕੱਢਣ ਵਾਲੀ ਪੋਣੀ ਹੁੰਦੀ ਹੈ ਉਹਦੇ ਨਾਲ ਅਸੀਂ ਇਦਾਂ ਆਲੂਆ ਦੇ ਉੱਪਰ ਡਿਜ਼ਾਈਨ ਪਾਵਾਂਗੇ। ਇਦਾਂ ਅਸੀਂ ਵਿਚਕਾਰ ਜੀ ਰੱਖ ਕੇ ਇਦਾਂ ਭਾਰ ਪਾ ਦਵਾਂਗੇ। ਹਲਕਾ ਜਿਹਾ ਤੇ ਇਹਦੇ ਉੱਤੇ ਬੜਾ ਸੋਹਣਾ ਡਿਜ਼ਾਈਨ ਜਿਹਾ ਪੈ ਜਾਂਦਾ ਹੈ। ਸਾਰੀਆਂ ਟਿੱਕੀਆ ਆਪਾਂ ਸਾਰੀਆਂ ਟਿੱਕੀਆ ਦੇ ਉੱਪਰ ਇਦਾਂ ਡਿਜ਼ਾਈਨ ਪਾ ਦਵਾਂਗੇ ਤੇ ਬੱਚੇ ਜਿੱਦਾਂ ਇਦਾਂ ਦੀ ਜਿਹੜੇ 스ਨੈਕਸ ਆ ਬਹੁਤ ਖੁਸ਼ ਹੋ ਕੇ ਖਾਂਦੇ ਨੇ ਨਵੀਆਂ-ਨਵੀਆਂ ਚੀਜ਼ਾਂ ਜਦੋਂ ਉਹਨਾਂ ਨੂੰ ਮਿਲਦੀਆਂ ਨਾ ਖਾਣ ਦੇ ਲਈ ਹੈ ਤੇ ਆਲੂ ਹੀ ਐ ਤੇਲ ਗਰਮ ਹੋ ਚੁੱਕਾ ਹੈ ਤੇ ਹੁਣ ਅਸੀਂ ਫਰਾਈਪੈਨ ਦੇ ਵਿੱਚ ਪੰਜ ਜਿਹੜੀਆਂ ਟਿੱਕੇ ਹੈਗੀਆਂ ਆਪਣੀਆਂ ਇਹ ਵਾਲੀਆਂ ਪਾ ਦਿੰਦੇ ਹਾਂ ਪਹਿਲਾਂ ਅਸੀਂ ਪੰਜ ਕਿਛੇ ਪਾਵਾਂਗੇ ਇਹਨਾਂ ਨੂੰ ਅਸੀਂ ਫਰਾਈ ਕਰ ਲਵਾਂਗੇ ਹਲਕਾ ਜਿਹਾ ਸੇਕ ਲੱਗਣ ਤੋਂ ਬਾਅਦ ਹੀ ਅਸੀਂ ਇਹਨਾਂ ਦੀ ਜਿਹੜੀ ਸਾਈਡ ਹੈ ਚੇਂਜ ਕਰਾਂਗੇ ਇੱਕਦਮ ਜਿਹੜੀ ਸਾਈਡ ਚੇਂਜ ਨਹੀਂ ਕਰਨੀ ਹੈ ਗਿੱਲਿਆ ਗਿੱਲਿਆ ਆਪਾਂ ਟਿੱਕੇ ਨੂੰ ਹੱਥ ਨਹੀਂ ਲਾਣਾ ਗੈਸ ਨੂੰ ਆਪਾਂ ਮੀਡੀਅਮ 'ਤੇ ਰੱਖਾਂਗੇ ਨਾ ਘੱਟ ਤੇ ਨਾ ਬਹੁਤੀ ਤੇਜ਼ ਹਲਕਾ ਜਿਹਾ ਸੇਕ ਲੱਗਣ ਤੋਂ ਬਾਅਦ ਅਸੀਂ ਇਹਦੀ ਸਾਈਡ ਚੇਂਜ ਕਰਾਂਗੇ ਦੇਖੋ ਹਲਕਾ ਜਦੋਂ ਇਹਨਾਂ 'ਕ ਸੇਕ ਲੱਗ ਜੇ ਨਾ ਟਿੱਕੀ ਹਲਕੀ ਜਿਹੀ ਟਿੱਕੀਆਂ ਦੇ ਬਾਅਦ ਅਸੀਂ ਇਹਨਾਂ ਨੂੰ ਲਾਲ ਹੋਣ ਤੱਕ ਪਕਾਵਾਂਗੇ ਜਿੱਦਾਂ ਟਿੱਕੀਆਂ ਬਾਹਰੋਂ ਚੰਗੀ ਤਰ੍ਹਾਂ ਲਾਲ ਹੋ ਜਾਂਦੀਆਂ ਨੇ ਦੇਖੋ ਜਿਹੜਾ ਡਿਜ਼ਾਈਨ ਹੈ ਇਹਦਾ ਕਿੰਨਾ ਜ਼ਿਆਦਾ ਸੋਹਣਾ ਆਇਆ ਹੈ ਬਿਲਕੁਲ ਜਿਹੜਾ ਡਿਜ਼ਾਈਨ ਖਰਾਬ ਨਹੀਂ ਹੋਇਆ ਹੈ ਇਸੇ ਤਰ੍ਹਾਂ ਜਿਹੜੀਆਂ ਸਾਡੀਆਂ ਬਾਕੀ ਦੀਆਂ ਟਿੱਕੀਆਂ ਹੈਗੀਆਂ ਅਸੀਂ ਉਹਨਾਂ ਨੂੰ ਵੀ ਫ੍ਰਾਈ ਕਰਕੇ ਰੱਖ ਲਵਾਂਗੇ ਦੇਖਣ ਚੰਨੀਆਂ ਸੋਹਣੀਆਂ ਲੱਗਦੀਆਂ ਤੇ ਬੱਚੇ ਨੇ ਦੇਖੋ ਆਪੇ ਹੀ ਖੁਸ਼ ਹੋਣਾ ਹੈ ਜਦੋਂ ਬੱਚਿਆਂ ਨੂੰ ਇਦਾਂ ਦੀ ਨਵੀਆਂ-ਨਵੀਆਂ ਚੀਜ਼ਾਂ ਖਾਣ ਨੂੰ ਮਿਲਦੀਆਂ ਆ ਤੇ ਬਹੁਤ ਖੁਸ਼ ਹੋ ਕੇ ਖਾਂਦੇ ਨੇ ਤੇ ਜਿਹੜਾ ਸਾਡੀਆਂ ਬਾਕੀ ਦੀਆਂ ਰਹਿ ਗਈਆਂ ਨੇ ਅਸੀਂ ਉਹਨਾਂ ਨੂੰ ਵੀ ਹੁਣ ਫ੍ਰਾਈ ਕਰ ਲੈਂ ਲਓ ਜੀ ਜਿਹੜੇ ਸਾਡੇ ਆਲੂ ਵਾਲੇ 스낵ਸ ਹੈਗੇ ਆ ਬਣ ਕੇ ਤਿਆਰ ਹੈ। ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਜਰੂਰ ਲਾਈਕ ਕਰਿਓ। ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਹੈ ਤੇ ਮਿਲਦੇ ਆਂ ਫੇਰ ਤੁਹਾਨੂੰ ਕੋਈ ਅਗਲੀ ਨਵੀਂ ਵੀਡੀਓ ਦੇ ਵਿੱਚ।